हेलो स्टूडेंट्स, टुडे वी आर गोइंग टू स्टार्ट काइंड्स ऑफ पार्टनर। बहुत ज़्यादा इंपॉर्टेंट है कि केड़े केड़े टाइप्स है, केड़े केड़े किस्मां वा उन्हां दियां, सांझेदारी दियां। अपने को 8 टाइप दियां किस्मां वा, ठीक है, 8 टाइप दी काइंड्स है। फर्स्ट है एक्टिव और वर्किंग। एक्टिव केड़ा हुंदा वा जिहड़ा मतलब काम बिजनेस दे विच कर रहा हुंदा ते एक्टिवली होके काम करदा, तां उह केड़ा पार्टनर है? द पार्टनर हु प्ले की रोल इन द डे टू डे अफेयर ऑफ द बिजनेस ऑफ द फर्म आर नॉन एज एक्टिव और वर्किंग पार्टनर। भी जो डेली बेसिस या जिन्या मीटिंग कुछ भी होना वो पार्टीसपेट करता तो देखता, उन्होंने आप बोलते हैं एक्टिव पार्टनर, ठीक है। ये डिसीजनस लेंदे हैं या क्या विद रिस्पैक्ट टू द पॉलिसी ऑफ बिजनेस मैनेजमेंट लेबर, ये सब कुछ मतलब पूरी की पूरी चीज़ों मैनेज करते हैं, देखते हैं एक्टिवली होकर, उन्होंने बोलते हैं एक्टिव और वर्किंग। नैक्सट स्लीपिंग और डॉरमेंट। ਇਹ ਕਿਹੜਾ? ਇਹ ਜਸਟ ਆਪਾਂ ਕਹਿ ਦਈਏ ਬਿਜ਼ਨਸ ਵਿੱਚ ਪੈਸਾ ਇਨਵੈਸਟ ਕਰ ਦਿੰਦੀ ਹੈ, ਬਟ ਕਿਸੇ ਵੀ ਤਰੀਕੇ ਦਾ ਕੋਈ ਪਾਰਟੀ ਦਾ ਕੁਛ ਹੋ ਰਿਹਾ, ਇਹਨੇ ਕੋਈ ਬਿਜ਼ਨਸ ਮਤਲਬ ਪਾਰਟੀਸਪੇਟ ਹੀ ਨਹੀਂ ਕਰਨਾ, ਠੀਕ ਹੈ। ਉਹ ਹੁੰਦਾ ਸਲੀਪਿੰਗ ਔਰ ਡੋਰਮੈਂਟ। ਕਿਹਨੂੰ ਬੋਲਦੇ ਹਾਂ? ਸਿਰਫ ਪੈਸਾ ਇਨਵੈਸਟ ਹੀ ਕਰਦਾ ਵਾ, ਠੀਕ ਹੈ, ਜਾਂ ਐਂਡ ਸ਼ੇਅਰ ਪ੍ਰੋਫਿਟ ਔਰ ਲੋਸਿਸ, ਬਟ ਡਜ਼ ਨੋਟ ਪਾਰਟੀਸਪੇਟ ਇਨ ਦੀ ਕੰਡਕਟ ਔਫ ਬਿਜ਼ਨਸ। ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਨਾਲ ਕੋਈ ਪਾਰਟੀਸਪੇਟ ਨਹੀਂ ਕਰਦਾ, ਉਹ ਕਿਹੜਾ ਪਾਰਟਨਰ ਹੁੰਦਾ? ਸਲੀਪਿੰਗ। ਥਰਡ ਐਂਡ ਨੋਮੀਨਲ ਪਾਰਟਨਰ। ਨੋਮੀਨਲ, ਨਾ ਤਾਂ ਇਹ ਪਾਰਟਨਰ ਬਿਜ਼ਨਸ ਦੇ ਵਿੱਚ ਇਨਵੈਸਟ ਕਰਦਾ, ਨਾ ਹੀ ਇਹ ਪਾਰਟੀਸਪੇਟ ਕਰਦਾ। ਇਹ ਕੀ ਹੈ? ਇਹ ਕਿਵੇਂ ਦਾ ਹੁੰਦਾ? ਜਸਟ ਇੱਕ ਬਿਜ਼ਨਸ ਆਪਣਾ ਕੀ ਮਤਲਬ ਉਹਨਾਂ ਨੂੰ ਨੇਮ, ਉਹਨਾਂ ਦਾ ਫੇਮ ਬਣ ਕੇ ਰੈਪੂਟੇਸ਼ਨ ਅਗਰ ਕਿਸੇ ਪਰਸਨ ਦੀ ਹੁੰਦੀ ਹੈ ਤਾਂ ਉਹਦੇ ਬਿਹਾਫ ਕਰਕੇ ਹੀ ਉਹਦੇ ਕੋਲ ਜ਼ਿਆਦਾ ਪਰਸਨ ਆਉਂਦੇ ਆ। ਜਿੱਦਾਂ ਨੋਮੀਨਲ ਕੀ ਹੈ? ਪਰਸਨ ਇਜ਼ ਪਰਸਨ ਹੂ ਨੀਦਰ ਇਨਵੈਸਟ ਔਰ ਨੋਟ ਟੇਕ ਪਾਰਟ ਇਨ ਦਾ ਬਿਜ਼ਨਸ। ਸੱਚਾ ਪਰਸਨ ਹੈਜ਼ ਗੁੱਡ ਰੈਪੂਟੇਸ਼ਨ ਵਿੱਚ ਹੀ ਲੈਂਡ ਟੂ ਫਰਮ ਔਫ ਫਿਰ ਫੋਰ ਹਿੱਟਸ ਬੈਨੀਫਿਟਸ। ਉਹ ਕਹਿੰਦੇ ਬੈਨੀਫਿਟ ਆ ਵੀ ਲਾਭ ਲੈਣ ਦੇ ਲਈ ਉਹਨੂੰ ਇੱਕ ਹਿਸਾਬ ਦਾ ਉਧਾਰ 'ਤੇ ਫਰਮ ਨੂੰ ਲੈ ਲੈਂਦੇ ਆ। ਜਿੱਦਾਂ ਸਪੋਜ਼ ਅਗਰ ਆਪਾਂ ਗੱਲ ਕਰੀਏ ਇੱਕ ਐਕਸ ਵਾਈ ਜੈਡ ਲਿਮਿਟਡ ਕੰਪਨੀ ਹੈ, ਉਹਦੀ ਬਹੁਤ ਹੀ ਜ਼ਿਆਦਾ ਰੈਪੂਟੇਸ਼ਨ ਸੀਗੀ, ਠੀਕ ਹੈ, ਬਟ ਉਹਨੂੰ ਹੋਰ ਕਿਸੇ ਤਰੀਕੇ ਦਾ ਕੋਈ ਨਹੀਂ ਹੈਗਾ ਗਾ, ਉਹ ਕੁਛ ਨਹੀਂ ਪਾਰਟਨਰ ਵਗੈਰਾ ਨਹੀਂ ਬਣਨਾ ਚਾਹੁੰਦਾ ਗਾ, ਤਾਂ ਠੀਕ ਹੈ ਉਹਦਾ ਨੇਮ ਲੈ ਲਿਆ, ਠੀਕ ਹੈ, ਉਹਦੇ ਨੇਮ ਕਰਕੇ ਲੋਕ ਸਾਡੇ ਕੋਲ ਆਉਣ, ਸਾਡੇ ਕੋਲ ਵਧੀਆ ਕਸਟਮਰਸ ਬਣ ਸਕਣ। ਇਸ ਕਰਕੇ ਨੋਮੀਨਲ ਪਾਰਟਨਰ ਕਿਹੜਾ ਹੁੰਦਾ? ਨਾ ਤਾਂ ਉਹ ਬਿਜ਼ਨਸ 'ਚ ਪੈਸਾ ਲਗਾਉਂਦਾ ਵਾ, ਨਾ ਹੀ ਓਪੀਅਰ ਕਰਦਾ, ਸਿਰਫ ਇੱਕ ਉਹਨਾਂ ਨੂੰ ਨੇਮ ਦੇ ਦਿੰਦਾ ਵਾ ਰੈਪੂਟੇਸ਼ਨ ਦੇ ਬਿਹਾਫ ਦੇ ਕਰਕੇ, ਠੀਕ ਹੈ। ਨੈਕਸਟ ਆਪਣੇ ਕੋਲ ਪਾਰਟਨਰ ਇਨ ਪ੍ਰੋਫਿਟਸ ਓਨਲੀ। ਕਹਿੰਦੇ ਇੱਕ ਐਵੇਂ ਦਾ ਜਿਹੜਾ ਪਾਰਟ ਆਪਣੇ ਕੋਲ ਕਾਈਂਡਸ ਆਫ ਪਾਰਟਨਰ ਦੇ ਵਿੱਚ ਇੱਕ ਐਵੇਂ ਦਾ ਹੁੰਦਾ ਵਾ ਟਾਈਪ ਆਪਣੇ ਕੋਲ, ਜਿਹੜੀ ਕੀ ਕਰਦੀ ਹੈ? ਸਿਰਫ ਆਪਣਾ ਪ੍ਰੋਫਿਟਸ ਹੀ ਲੈਣਾ ਚਾਹੁੰਦੀ ਹੈ, ਲੋਸ ਉਹ ਵੰਡਣਾ ਹੀ ਨਹੀਂ ਚਾਹੁੰਦੀ। ਕਿਉਂਕਿ ਕੋਲ ਆ ਪਾਰਟਨਰ ਹੂ ਸ਼ੇਅਰ ਓਨਲੀ ਪ੍ਰੋਫਿਟ ਬਟ ਨੋਟ ਲੋਸਿਸ ਇਜ਼ ਨੋਨ ਐਜ ਪਾਰਟਨਰ ਇਨ ਪ੍ਰੋਫਿਟਸ ਓਨਲੀ। ਕਿ ਐਵੇਂ ਦੇ ਪਾਰਟਨਰ ਹੁੰਦੇ ਆ ਜਿਹੜੇ ਸਿਰਫ ਪ੍ਰੋਫਿਟ ਹੀ ਆਪਦਾ ਵੰਡਣਾ ਚਾਹੁੰਦੇ ਆ, ਨਾ ਕਿ ਲੋਸ, ਠੀਕ ਹੈ। ਲਾਈਕ ਅਦਰ ਪਾਰਟਨਰ ਹੀ ਇਜ਼ ਫੁੱਲੀ ਲਾਈਬਲ ਟੂ ਕ੍ਰੈਡਿਟਰ ਆਫ ਦਾ ਫਰਮ। ਕਹਿੰਦੇ ਜਿਵੇਂ ਦੂਜੇ ਹੁੰਦੇ ਆ ਪੂਰੇ ਦੇ ਪੂਰੇ ਮੰਨੇ ਜਾਣਗੇ, ਬਟ ਕਿ ਹੀ ਡਜ਼ ਨੋਟ ਟੇਕ ਪਾਰਟ ਇਨ ਦਾ ਮੈਨੇਜਮੈਂਟ। ਮੈਨੇਜਮੈਂਟ ਦੀ ਐਕਟੀਵਿਟੀਜ਼ ਪਾਰਟੀਸਪੇਟ ਨਹੀਂ ਕਰ ਸਕਦੇ। ਦਾ ਮੇਨ ਓਬਜੈਕਟਿਵ ਔਰ ਇੰਟਰੋਡਿਊਸਿੰਗ ਸੱਚ ਆ ਪਾਰਟਨਰ ਇਜ਼ ਬਿਜ਼ਨਸ ਟੂ ਮੇਕ ਯੂਜ਼ ਆਫ ਇਜ਼ ਮਨੀ ਐਂਡ ਗੁੱਡਵਿਲ। ਨੈਕਸਟ ਹੈ ਪਾਰਟਨਰ ਬਾਈ ਇਸਟੋਪਲ। ਇਹ ਕੀ ਹੈ ਪਾਰਟਨਰ ਬਾਈ ਇਸਟੋਪਲ? ਕਿ ਜਸਟ ਇਹ ਐਜ਼ ਆ ਪਾਰਟਨਰ ਹੁੰਦੇ ਨਹੀਂ, ਆਪਾਂ ਕਹਿੰਦੇ ਕਿ ਦਿਖਾਵਾ ਕਰਦੇ ਆ ਕਿ ਹੈ, ਕਿ ਜਸਟ ਦਿਖਾਵਾ ਹੀ ਕਰਦੇ ਆ ਕਿ ਅਸੀਂ ਪਾਰਟਨਰ ਹੈਗੇ ਹਾਂ, ਸ਼ੋਅ ਆਫ ਵੀ ਕਰਦੇ ਹੈ। ਜਿੱਦਾਂ ਆ ਪਾਰਟਨਰ ਕੀ ਹੈ? ਨਾ ਤਾਂ ਇਹ ਪਾਰਟਨਰ ਨਹੀਂ ਹੁੰਦਾ ਸੱਚਾ ਪਾਰਟਨਰ, ਨੀਦਰ ਕੰਟਰੀਬਿਊਟ ਕੈਪੀਟਲ ਨੋਟ ਪਾਰਟੀਸਪੇਟ ਇਨ ਮੈਨੇਜਮੈਂਟ। ਕਿਸੇ ਤਰੀਕੇ ਦਾ ਮਤਲਬ ਲੈਂਦਾ ਨਹੀਂ, ਬਟ ਉਹ ਕਹਿੰਦੇ ਕੀ ਹੈ? ਸੱਚਾ ਪਰਸਨ ਮੇਕ ਦਾ ਆਊਟਸਾਈਡਰ ਬਿਲੀਵ ਦੈਟ ਇਸ ਪਾਰਟਨਰ ਇਨ ਦਾ ਫਰਮ। ਮਤਲਬ ਬਾਹਰ ਇਹ ਸਮਝਣ ਲੱਗ ਜਾਂਦੇ ਹੈ ਕਿ ਇਹ ਇੱਥੋਂ ਦਾ ਪਾਰਟਨਰ ਹੀ ਹੈਗਾ, ਜੇ ਉਹ ਇਹ ਸਮਝਣ ਲੱਗ ਜਾਣ, ਅਗਰ ਉਹਨਾਂ ਦਾ ਰੋਂਗ ਇੰਪ੍ਰੈਸ਼ਨ ਪੈ ਜੇ, ਠੀਕ ਹੈ, ਤਾਂ ਇਹਨੂੰ ਕੁਛ ਨਾ ਕੁਛ ਜੋ ਵੀ ਮਤਲਬ ਇਹ ਆਪਣੀ ਫਿਰ ਗੱਲ ਤੋਂ ਮੁੱਕਰ ਨਹੀਂ ਸਕਦਾ ਗਾ। ਮਤਲਬ ਇਹ ਜਿਹੜਾ ਪਾਰਟਨਰ ਬਾਈ ਸਟੋਪਲ ਹੈ, ਇਹ ਸਿਰਫ ਸ਼ੋਅ ਆਫ ਹੀ ਕਰਦੇ ਆ ਕਿ ਅਸੀਂ ਪਾਰਟਨਰ ਹੈਗੇ ਹਾਂ, ਬਟ ਹੁੰਦੇ ਨਹੀਂ ਐਕਚੁਅਲ 'ਚ, ਠੀਕ ਹੈ। ਨੈਕਸਟ ਹੈ ਪਾਰਟਨਰ ਬਾਈ ਹੋਲਡਿੰਗ ਆਊਟ। ਹੋਲਡਿੰਗ ਆਊਟ ਦੇ ਵਿੱਚ ਕੀ ਹੈ? ਇਫ ਅ ਪਰਸਨ ਇਜ਼ ਡਿਕਲੇਅਰ ਟੂ ਬੀ ਅ ਪਾਰਟਨਰ ਬਾਈ ਅਨਦਰ ਪਰਸਨ, ਦੂਸਰੇ ਪਰਸਨ ਨੂੰ ਕਰ ਦਿੰਦਾ ਵਾ, ਠੀਕ ਹੈ, ਤਾਂ ਕੀ ਹੈ? ਦ ਪਰਸਨ ਕੰਸਰਨ ਮਸਟ ਡਿਨਾਈ ਦੀ ਸਟੇਟਮੈਂਟ ਅਨਦਰ, ਤਾਂ ਉਹਦੇ ਤੋਂ ਡਿਨਾਈ ਮਤਲਬ ਮੁਕਰੂਗਾ ਨਹੀਂ ਜੋ ਉਹਨੇ ਬਣਾਤੀ ਹੋਲਡ ਕਰਤੀ। ਤਾਂ ਇਨ ਕੇਸ ਕਿ ਅਦਰਵਾਈਜ਼ ਹੀ ਇਜ਼ ਹੈਲਡ ਆਊਟ ਆ ਪਾਰਟਨਰ ਇਨ ਫਰਮ ਐਂਡ ਬਿਕਮ ਲਾਈਬਲ ਟੂ ਆਲ ਦੋਜ਼ ਹੂ ਡੈਲਟ ਵਿਦ ਦੀ ਫਰਮ ਔਰ ਫੇਥ ਆਫ ਪਾਰਟਨਰ, ਠੀਕ ਹੈ, ਬਟ ਇਹ ਜਿਹੜਾ ਸ਼ੇਅਰ ਪ੍ਰੋਫਿਟ ਹੈ ਉਹ ਨਹੀਂ ਇਹ ਕਰ ਸਕਦਾ ਗਾ। ਨੈਕਸਟ ਹੈ ਸੀਕਰੇਟ ਪਾਰਟਨਰ। ਇੱਕ ਐਵੇਂ ਦੇ ਸੀਕਰੇਟ ਪਾਰਟਨਰ ਹੁੰਦੇ ਹੈ ਆਪਣੇ ਕੋਲ, ਇੱਕ ਸੀਕਰੇਟ ਪਾਰਟਨਰ ਇਜ਼ ਵਨ ਹੂਜ਼ ਨੇਮ ਇਜ਼ ਨੋਟ ਡਿਸਕਲੋਜ਼ ਟੂ ਦੀ ਆਊਟਸਾਈਡਰ, ਬਾਹਰ ਵਾਲੇ ਕੋਲ ਨਹੀਂ ਕਰਦੇ ਗੇ ਐਜ਼ ਆ ਪਾਰਟਨਰ,
ऑफ द फॉर्म, बस सीक्रेट ही रहिंदे आ कि बार बस उन्होंने यह होंगे कि असं पार्टीसपेट कर रहे हैं, कंडक्ट काम करते पे हैं बिजनेस के, बट दूसरे परसन पता नहीं लगता गा कि भी इस पार्ट इस कंपनी का जो भी है ऑर्गनाइजेशन का पार्टनर हैगा। नैक्सट है माइनर एज अ पार्टनर, कहते कि इंडियन पार्टनरशिप एक्ट कि 1932 आ, ओनली अ परसन हु इज़ किनू कर सकते हैं कंपीटेंट, जो काम नू कर सके, जो काम करने दे योग होवे, टू कॉन्ट्रैक्ट कैन बिकम अ पार्टनर। तो वो पार्टनर जोड़ा हुंदा वा वो की अपनी एज दस अ माइनर बिलो द एज ऑफ 18 जो 18 तो थले हुंदा कैन नॉट बिकम अ पार्टनर। सिर्फ आप देखते ना कि जोड़ा सिर्फ मेजर हुंदा वा, ठीक है, 18 साल तो उपर हुंदा वही पार्टनर बन सकता वा। नैक्सट की हाउएवर ही कैन बी एडमिटेड इन टू बेनीफिट ऑफ पार्टनरशिप विद कंसेंट ऑफ ऑल पार्टनर, सारियां दी रजामंदी नाल इनू भी पार्टनरशिप विच ऐड कर लिया जांदा वा। उन्हें लाइबिलिटीज़ आदि वा कि माइनर दे की अपने को राइट्स हैगे है। फस्ट अपने को है टू शेयर द प्रॉफिट्स, द माइनर हु इज़ एडमिटेड इन टू बेनीफिट ऑफ फर्म इज़ इंटाइटल टू शेयर प्रॉफिट ऑफ फर्म अकॉर्डिंग टू एग्रीमेंट, भी जिदा का उन्हें डिसाइड किया उदा ही उन्होंने दिता जाऊगा एग्रीमेंट के अकॉर्डिंग। इंस्पैक्शन ऑफ बुक्स, मतलब टाइम टू टाइम आप बुक्स चैक करते रहना। टू स्यू फॉर केस, स्यू हों केस करना, ठीक है, टू स्यू फॉर शेयर, अगर उन्होंने शेयर नहीं मिल रहे प्रॉपर तरीके ना तो वो की कर सकता वा, केस कर सकता। लाइबिलिटीज़ की है माइनर पार्टनर दियाँ, दो तरीके दी अपने को ले, मतलब लाइबिलिटी। फर्स्ट है पोजीशन ऑफ माइनर ऑन अटेनिंग द एज ऑफ मजोरिटी, फर्स्ट है ईदर टू कंटिन्यू इन द फर्म फुल फ्लैज मैंबर, जा तो पूरी की पूरी फुल फ्लैज बनना चाहता या डिसकंटिन्यू करना चाहता। फर्स्ट अपने को लेके कंटिन्यू जदों करना चाहता, अगर उन्हें डिसाइड कर ही लिया कि वो कंटिन्यूली अपना बिजनेस चाहता वा, ठीक है, इफ अ माइनर डिसाइड कंटिन्यू एज अ पार्टनर ऑफ द फर्म, तो जे की होगी हिज लाइबिलिटी विल बिकम अनलिमिटेड, तो वो लाइबिलिटी अनलिमिटेड होगी। अनलिमिटेड मतलब वो जी परसनल प्रॉपर्टी होगी वो भी वो पे ऑफ करेगा अपने डेट्स नू पे करने के लिए। इन केस वो कहें अगर वो डिसकंटिन्यू करता पार्टनर नू नहीं चलाना चाहता है जिदा चूज डिसकंटिन्यू करता वा, दैन के विद इन 6 months अटेनिंग एज ऑफ मेजोरिटी, तो इफ ही फेल्स टू डू सो डीम्ड फुल फ्लैज पार्टनर, तो वो अकॉर्डिंग तो वह अद्धा ही पार्टनर सिर्फ लाइक पार्टनर ही रहेगा, वो जी लाइबिलिटी होगी लिमिटेड ही होगी इस केस, ठीक है, तो कि ही विल बिकम परसनली लाइबल फॉर द डेट टू मेक लाइक अदर पार्टनर्स, ठीक है। डिफरेंस करवा दा, डिफरेंस